Like the video, subscribe to the channel and press the bell icon for latest video update. ਦਰਸ਼ਕੋ ਪਾਕਿਸਤਾਨ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਦਾ ਬਹੁਤ ਵਿਸ਼ੇਸ਼ ਯੋਗਦਾਨ ਹੈਗਾ। ਪਾਕਿਸਤਾਨੀ ਸਿੱਖ ਲੜਕੀ ਜਗਜੀਤ ਕੌਰ ਨੂੰ ਮੁੜ ਕੇ ਉਹਦੇ ਪੇਰੈਂਟਸ ਨਾਲ ਮਿਲਾਉਣੇ ਦਾ, ਇਹਦੇ ਪਿੱਛੇ ਇਮਰਾਨ ਖਾਨ ਜੋ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਦਾ ਵੀ ਬਹੁਤ ਇਨੀਸ਼ੀਏਟਿਵ ਹੈਗਾ। ਆਪਣੇ ਟਵਿੱਟਰ ਵਿੱਚ ਪਾਕਿਸਤਾਨ ਪੰਜਾਬ ਦੇ ਗਵਰਨਰ ਮੁਹੰਮਦ ਸਰਵਰ ਨੇ ਕਿਹਾ, ਗ੍ਰੇਟ ਨਿਊਜ਼ ਫੋਰ ਪਾਕਿਸਤਾਨੀ ਐਂਡ ਸਿੱਖ ਕਮਿਊਨਿਟੀ ਅਕਰੋਸ ਦਾ ਵਰਲਡ, ਦਾ ਇਸ਼ੂ ਆਫ ਨਨਕਾਣਾ ਗਰਲਬਾਦ ਐਮੀਕੇਬਲੀ ਰਿਜ਼ੋਲਵ ਟੂ ਦਾ ਸੈਟਿਸਫੈਕਸ਼ਨ ਆਫ ਕੰਸਰਨ ਫੈਮਿਲੀ, ਦਾ ਗਰਲ ਇਜ਼ ਸੇਫ ਐਂਡ ਇਨ ਟੱਚ ਵਿਦ ਹਰ ਫੈਮਿਲੀ, ਵੀ ਸ਼ੈਲ ਕੰਟੀਨਿਊ ਟੂ ਇਨਸ਼ੋਰ ਦਾ ਰਾਈਟਸ ਆਫ ਮਾਇਨੋਰਟੀਜ਼ ਇਨ ਪਾਕਿਸਤਾਨ। ਇਹ ਤੋਂ ਬਾਅਦ ਉਹਨਾਂ ਨੇ ਲੜਕੇ ਅਤੇ ਲੜਕੀ ਵਾਲਿਆਂ ਨੂੰ ਸਾਰੇ ਆਪਣੇ ਆਫਿਸ ਵਿੱਚ ਬਣਾ ਕੇ ਉਹਦਾ ਵੀਡੀਓ ਤੁਹਾਨੂੰ ਦਿਖਾਉਂਦੇ ਹੈਗੇ ਆ। ਰਹਿਮਾਨ ਰਹੀਮ, ਸਤਿ ਸ੍ਰੀ ਅਕਾਲ। ਮੈਂ ਬਹੁਤ ਹੀ ਮਸ਼ਹੂਰ ਹਾਂ, ਹਮਾਰੀ ਬੇਟੀ ਜੋ ਜਿਸ ਕਾ ਨਨਕਾਣਾ ਮੇਂ ਇਸ਼ੂ ਹੁਆ ਥਾ, ਉਨਕੇ ਵਾਲਦ ਸਾਹਿਬ ਕਾ, ਉਨਕੇ ਭਾਈ ਕਾ, ਔਰ ਮੈਂ ਲੜਕੇ ਕੇ ਵਾਲਦ ਕਾ ਵੀ ਔਰ ਲੜਕੇ ਕੇ ਵਕੀਲ ਕਾ ਵੀ ਮਸ਼ਹੂਰ ਹਾਂ ਕਿ ਯੇ ਮੇਰੀ ਰਿਕੁਐਸਟ ਪੇ ਆਜ ਯਹਾਂ ਪਰ ਗਵਰਨਰ ਹਾਊਸ ਮੇਂ ਤਸ਼ਰੀਫ ਲਾਏ ਔਰ ਉਸਮੇਂ ਹਮਾਰੀ ਸਿੱਖ ਬਰਾਦਰੀ ਕੇ ਬਹੁਤ ਸੇ ਲੀਡਰਸ ਵੀ ਯਹਾਂ ਪਰ ਮੌਜੂਦ ਥੇ, ਪੂਰੀ ਦੁਨੀਆ ਕੇ ਪਾਕਿਸਤਾਨੀਓ ਕੇ ਲੀਏ ਔਰ ਪੂਰੀ ਦੁਨੀਆ ਕੇ ਸਿੱਖੋਂ ਕੇ ਲੀਏ। ਯੇ ਬੜਾ ਇਤਮੀਨਾਨ ਕਾ ਬਾਇਸ ਹੋਗਾ। ਮੁਝੇ ਮਾਲੂਮ ਹੈ ਕਿ ਹਮਾਰੇ ਸਿੱਖ ਭਾਈ ਔਰ ਬਹਿਨੇ ਪੂਰੀ ਦੁਨੀਆ ਮੇਂ ਇਸ ਵਾਕੇ ਪੇ ਤਸ਼ਵੀਸ਼ ਮੇਂ ਥੇ, ਪਰੇਸ਼ਾਨ ਥੇ, ਨਾਰਾਜ਼ ਥੇ ਔਰ ਅੱਲਾ ਕੇ ਫਜ਼ਲ ਕਰਮ ਸੇ ਦੋਨੋਂ ਘਰੋਂ ਕੀ ਆਪਸ ਮੇਂ ਬੈਠ ਕਰ ਸੁਲਹ ਹੋ ਗਈ ਹੈ ਔਰ ਅਬ ਮੈਂ ਲੜਕੇ ਕੇ ਵਾਲਦ ਸੇ ਕਹੂੰਗਾ ਕਿ ਵੋ ਬਤਾਏ ਕਿ ਯਹਾਂ ਪਰ ਕਿਆ ਫੈਸਲਾ ਹੁਆ ਹੈ। ਹਮੇ ਆਜ ਗਵਰਨਰ ਸਾਹਿਬ ਨੇ ਆਪਣੇ ਦਫ਼ਤਰ ਮੇਂ ਬੁਲਾ ਕਰ ਹਮਾਰਾ ਯੇ ਕੰਪ੍ਰੋਮਿਸ ਕੀਆ ਹੈ ਤੋ ਹਮ ਜੇ ਬੱਚੀ ਕੇ ਸਿਲਸਿਲੇ ਮੇਂ ਡਰਾਅ ਕਰਤੇ ਹੈ ਔਰ ਹਮ ਬੱਚੀ ਕੋ ਨਹੀਂ ਕਿਸੀ ਦਲ ਸੇ ਤਲਬ ਕਰੇਂਗੇ ਔਰ ਹਮ ਚਾਹਤੇ ਹੈ ਜੇ ਉਨਕੇ ਸਾਥ ਜਾਤੀ ਹੈ ਤੋ ਹਮੇ ਕੋਈ ਇਤਰਾਜ਼ ਨਹੀਂ, ਯੇ ਖੁਦ ਉਸਕੀ ਵਾਰਸ ਹੈ। ਮੈਂ ਪਾਕਿਸਤਾਨ ਗੌਰਮੈਂਟ ਦਾ, ਸਾਡੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਸਾਹਿਬ ਦਾ ਔਰ ਸਾਡੇ ਗਵਰਨਰ ਸਾਹਿਬ ਦਾ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਇਹ ਫੈਸਲਾ ਕਰਵਾਇਆ ਔਰ ਪੂਰੀ ਦੁਨੀਆ ਦੇ ਵਿੱਚ ਜਿਹੜੀ ਅੱਗ ਲੱਗੀ ਸੀ ਉਸ ਅੱਗ ਨੂੰ ਬੁਝਾਇਆ ਔਰ ਇਸ ਫੈਮਿਲੀ ਨੇ ਵਿਡਰਾਅ ਕਰ ਦਿੱਤਾ। ਇਹ ਬੱਚੇ ਦਾ ਵਾਲਦ ਹੈ ਕਿ ਸਾਡਾ ਉਹਦੇ ਨਾਲ ਕੋਈ ਤਲਕ ਨਹੀਂ। ਸੋ ਇਹ ਬੱਚੇ ਦਾ ਵਾਲਦ ਔਰ ਭਰਾ ਵੀ ਮੇਰੇ ਨਾਲ ਨੇ ਔਰ ਐਜ਼ ਆ ਸਿੱਖ ਕਮਿਊਨਿਟੀ ਦੇ ਇੱਕ ਸੇਵਾਦਾਰ ਹੋਣ ਦੇ ਨਾਤੇ ਮੈਂ ਵੀ ਉਹਨਾਂ ਦਾ ਇਹਤਰਾਮ ਕਰਦਾ ਇਸ ਫੈਸਲੇ ਦਾ। ਸੋ ਮੈਂ ਕੱਲ੍ਹ ਵੀ ਕਹਿੰਦਾ ਸੀ, ਅੱਜ ਵੀ ਕਹਿੰਦਾ ਕਿ ਮੈਨੂੰ ਪਾਕਿਸਤਾਨੀ ਹੋਣ 'ਤੇ ਫਖਰ ਹੈ। ਪਾਕਿਸਤਾਨ ਜ਼ਿੰਦਾਬਾਦ। ਥੈਂਕ ਯੂ ਵੈਰੀ ਮੱਚ ਗਵਰਨਰ ਸਾਹਿਬ। ਤੁਹਾਨੂੰ ਪਤਾ ਹੀ ਆ, ਜਦੋਂ ਪਾਕਿਸਤਾਨੀ ਨਨਕਾਣਾ ਸਾਹਿਬ ਦੀ ਲੜਕੀ ਜਗਜੀਤ ਕੌਰ ਦਾ ਕਿਡਨੈਪਿੰਗ ਹੋਈ, ਫਿਰ ਜ਼ਬਰਦਸਤੀ ਧਰਮ ਪਰਿਵਰਤਨ ਕਰਕੇ ਉਹਦਾ ਨਿਕਾਹ ਕੀਤਾ ਗਿਆ, ਫੈਮਿਲੀ ਮੈਂਬਰਾਂ ਨੇ ਇੱਕ ਆਪਣਾ ਵੀਡੀਓ ਬਣਾ ਕੇ ਵਟਸਐਪ ਗਰੁੱਪਾਂ ਵਿੱਚ ਪਾਇਆ ਜਿਹੜਾ ਪੂਰੇ ਵਰਲਡ ਵਿੱਚ ਪਹੁੰਚਿਆ। ਪੰਜਾਬ ਦੇ ਸਿੱਖਾਂ ਨੇ ਵੀ ਇਸ ਗੱਲ ਦਾ ਬਹੁਤ ਸੀਰੀਅਸ ਨੋਟਿਸ ਲਿਆ, ਦਿੱਲੀ ਦੇ ਅਤੇ ਪੂਰੇ ਇੰਡੀਆ ਦੇ ਸਿੱਖਾਂ ਨੇ, ਪੂਰੇ ਵਰਲਡ ਦੇ ਸਿੱਖਾਂ ਨੇ ਮੈਂ ਕਹੂੰਗਾ। ਬਲਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਪਾਕਿਸਤਾਨ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ, ਇਹਨਾਂ ਨੂੰ ਕੰਟੈਕਟ ਕੀਤਾ ਗਿਆ ਤਾਂ ਕਿ ਜਿਹੜਾ ਹੈਗਾ ਇਨਸਾਫ ਮਿਲ ਸਕੇ। ਇਹਦੇ ਨਾਲ ਨਾਲ ਇੰਡੀਆ ਦੀ ਜਿਹੜੀ ਟੌਪ ਦੀ ਲੀਡਰਸ਼ਿਪ ਉਹਨਾਂ ਨੂੰ ਵੀ ਸੰਪਰਕ ਕੀਤਾ ਗਿਆ। ਇਹ ਵਾਇਰਲ ਵੀਡੀਓ ਕੀ ਸੀ ਇਹ ਸੁਣਦੇ ਹਾਂ ਪਹਿਲਾਂ। ਮੇਰਾ ਨਾਮ ਸੁਰਿੰਦਰ ਸਿੰਘ ਹੈ, ਮੇਰੇ ਵਾਲਦ ਸਾਹਿਬ ਦਾ ਨਾਮ ਭਗਵਾਨ ਸਿੰਘ ਹੈ ਜੋ ਗੁਰੂ ਘਰ ਕੇ ਹੈ ਗ੍ਰੰਥੀ ਹੈ। ਮੈਂ ਨਨਕਾਣਾ ਸਾਹਿਬ ਦਾ ਰਿਹਾਇਸ਼ੀ ਹੂੰ। ਕੱਲ੍ਹ ਰਾਤ ਕੋ ਹਮਾਰੇ ਪਰਿਵਾਰ ਕੇ ਸਾਥ ਇੱਕ ਬਹੁਤ ਦਰਦਨਾਕ ਵਾਕਿਆ ਹੋਇਆ ਹੈ। ਕੁਝ ਗੁੰਡੇ ਰਾਤ ਕੋ ਹਮਾਰੇ ਘਰ ਪੇ ਆਏ, ਉਹਨੇ ਹਮਾਰੀ ਛੋਟੀ ਬਹਿਨ ਕੋ ਰਸੀਟ ਕੇ ਲੈ ਗਏ ਔਰ ਉਨਕੋ ਜ਼ਬਰਦਸਤੀ ਟੋਰਚਰ ਕਰਕੇ ਇਸਲਾਮ ਕਬੂਲ ਕਰਵਾਇਆ। ਸੁਬਹਾ ਮੈਂ ਹਮ ਥਾਣੇ ਚਲੇ ਗਏ ਔਰ ਹਮਨੇ ਐਫ ਆਈ ਆਰ ਕਟਵਾਇਆ, ਐਸ ਐਚ ਓ ਕੇ ਪਾਸ ਚਲੇ ਗਏ, ਡੀ ਸੀ ਓ ਕੇ ਪਾਸ, ਪਰ ਕਿਸੇ ਨੇ ਹਮੇ ਇਨਸਾਫ ਨਹੀਂ ਦਿਲਾਇਆ, ਕਿਸੇ ਨੇ ਹਮਾਰੀ ਬਾਤ ਨਹੀਂ ਸੁਣੀ। ਉਸਕੇ ਬਾਅਦ ਜਬ ਹਮ ਵਾਪਸ ਘਰ ਆਏ ਤੋ ਕੁਛ ਦੇਰ ਪਹਿਲੇ ਵੋਹੀ ਲੋਕ ਦੁਬਾਰਾ ਆਏ ਔਰ ਉਹਨੇ ਹਮੇ ਧਮਕੀ ਦੀ, ਅਗਰ ਆਪ ਲੋਕੋ ਨੇ ਐਫ ਆਈ ਆਰ ਵਾਪਸ ਨਾ ਲਿਆ ਤੋ ਆਪ ਲੋਕੋ ਕੋ ਵੀ ਮੁਸਲਮਾਨ ਹੋਣਾ ਪੜੇਗਾ, ਅਗਰ ਆਪ ਲੋਕੋ ਨੇ ਯਹਾਂ ਰਹਿਣਾ ਹੈ ਤੋ। ਮੇਰੀ ਪੀ ਐੱਮ ਇਮਰਾਨ ਖਾਨ ਔਰ
चीफ जस्टिस से अपील है, गुजारिश है कि वो हमें इंसाफ करें, हमारे साथ इंसाफ करें, हमें तहफ़ में रखें, जो हम के हमें धमकियाँ दी जा रही है हमें आगे भी तहफ़ में रखा जाए। अगर ऐसा ना किया गया और मैं 31 तारीख को गवर्नर हाउस के आगे सामने पूरे परिवार के साथ खुद को जला दूंगा। और मेरी एक बात और कि हमारी बहन को हमें खुद लाजमी चाहिए, हमारी बहन हमें लाजमी चाहिए, वो हमें वापस दे दी जाए। इस संबंध में एसटीपीसी ने भी जिहड़ा हैगा टॉप दे अधिकारियों नूं कॉन्टैक्ट किया, पर दिल्ली सिख गुरुद्वारा प्रबंधक कमेटी के सबका प्रधान मनजीत सिंह जीके की भूमिका कुछ अहम हैगी आ। उन्होंने अपना वीडियो जिहड़ा हैगा एक वायरल किया, तो नाल उन्होंने सारिया नूं कहा भी तुसीं पाकिस्तानी असी एम्बैसी है जिहड़ी हाई कमिश्नर है उहदे ते धरना देना हैगा तां कि पाकिस्तान गौरमेंट ते इहदा प्रैशर बना सके और विक्टम नूं इंसाफ मिल सके ताकि इन भविख विच इस तरह ना मुड़के ना होवे। वाहिगुरु जी का खालसा, वाहिगुरु जी की फतेह। सारिआं नूं पता है कि किस तरीके नाल पाकिस्तान च एक बच्ची नूं उहदे घरों अगवा करके इस्लाम कबूल करवा के उसका निकाह पढ़वाया गया। मेरी बेनती है कि असी सारे सोमवार नूं पाकिस्तान हाई कमिशन इंसाफ वास्ते जा रहे हैं। इहो कौम है जिस कौम ने भावें हिंदुआं दीआं बच्चियां गजनी ते अब्दाली तों छुड़वाईआं होण या मुसलमाना दी बच्चियां जिहड़ियां भावें रोहिंग्या मुसलमाना दे केसिस ला लो तुसीं लगा लो, मिडल ईस्ट दे विच सीरिया दे केसिस ला लो, या हुण दे जम्मू कश्मीर दे विच जिहड़ियां बच्चियां ने सिखां ने महफूज उहनां दे घर पहुंचाईआं। पाकिस्तान दे विच सिख बच्ची नाल इस तरह होणा जिथे 22 करोड़ दी आबादी है ते 20,000 सिख नहीं हैगे, मैं समझदा बहुत माड़ा काम होया। मैं अपील करदा वां सारे गुरु नानक नाम लेवां नूं मेहरबानी करके सोमवार वाले दिन जिहड़ी तारीख 2 बैठती है असी पाकिस्तान हाई कमिशन दे अगे एक डेमोंस्ट्रेशन करन जा रहे हां। असी 11 बजे असैंबल होवांगे सारे 3 मूर्ति चौंक चनक्यापुरी ते। मेरी बेनती है कि अपने धड़िआं नूं छड्ड के अपने मुफाद नूं छड्ड के आपां सारे उत्थे इकट्ठे होईए, एक आवाज़ दे विच उस बच्ची दे वास्ते आह दा नारा मारीए, इमरान खान की सरकार नूं मजबूर कर दिए कि बच्ची उहदे मापिआं दे कोल वापस आनी चाहीदी है। और उत्थे जिन्नी भी मिनोरिटीज़ रहिंदियां ने भावें सिख ने भावें क्रिश्चियन ने भावें हिंदूज़ ने, वह महफूज होने चाहिए ने। वाहिगुरू जी का खालसा, वाहिगुरू जी की फतेह। ये सारा काम बड़ा मतलब आम भाषा बह के बड़ा टेढ़ा सी, क्योंकि लड़के वालियां दे फैमिली ने लीगल स्टैप्स लैने शुरू कर दिते सी, क्योंकि जदों मामला सब जूडस हो जाता हैगा फिर पुलिस ते सरकारां परे हो जांदियां हैगियां। पर एक अंतरराष्ट्रीय प्रैशर थले इमरान खान और खास तौर पर इन्हां दा बहुत वड्डा योगदान हैगा पाकिस्तान पंजाब दे गवर्नर चौधरी मुहम्मद सरवर और इन्हां दी वाइफ प्रवीण सरवर दा। इन्हां ने दोनों पार्टियां नूं स्पैशली लड़के वालियां नूं चंगी तरह समझा बुझा के इहदा एमिकेबली कर दिता। हुण लड़की नूं फॉर्मली तलाक दे के उहदी काउंसलिंग करके, अजे तां लड़की मैंटल शॉक विच आ और उहनूं हफ्ते विच उहदे पेरेंट्स दे सपोर्ट कर दित्ता जाएगा। बहुत बहुत मेहरबानी, धन्यवाद।